iPhone 15 ਤੋਂ ਕਿੰਨਾ ਅਲੱਗ ਹੋਵੇਗਾ iPhone 16? ਡਿਜ਼ਾਈਨ ਤੋਂ ਲੈ ਕੇ ਬੈਟਰੀ ਤੱਕ ਨਜ਼ਰ ਆਉਣਗੇ ਇਹ ਬਦਲਾ। ਇਟਸ ਗਲੋ ਟਾਈਮ ਕਰ ਰਿਹਾ ਲਾਂਚ ਕਰਨ ਦੀ ਤਿਆਰੀ। ਜੀ ਹਾਂ, ਹਰ ਕਿਸੇ ਦੇ ਮਨ ਦੇ ਵਿੱਚ ਇਹੀ ਸਵਾਲ ਹੈ ਕਿ ਆਈਫੋਨ 16 ਲਾਂਚ ਹੋਣ ਵਾਲਾ ਹੈ ਤਾਂ ਆਈਫੋਨ 15 ਤੋਂ ਕਿੰਨਾ ਕੁ ਜਿਹੜਾ ਬਦਲਾਅ ਨੇ ਉਹ ਆਈਫੋਨ 16 ਦੇ ਵਿੱਚ ਦੇਖਣ ਨੂੰ ਮਿਲਣਗੇ। ਤਾਂ ਤੁਹਾਨੂੰ ਇਸ ਪੂਰੀ ਖਬਰ ਦੇ ਵਿੱਚ ਦੱਸ ਦਿੰਦੇ ਹਾਂ ਕਿ ਫਰਕ ਆਈਫੋਨ 15 ਤੋਂ ਆਈਫੋਨ 16 ਦਾ ਹੋਣ ਵਾਲਾ ਹੈ। ਅਪ੍ਰੈਲ ਸੋਮਵਾਰ 9 ਸਤੰਬਰ ਨੂੰ ਭਾਰਤੀ ਸਮੇਂ ਅਨੁਸਾਰ ਰਾਤ 10:30 ਇਟਸ ਗਲੋ ਟਾਈਮ ਈਵੈਂਟ ਲਾਂਚ ਕਰਨ ਦੀ ਤਿਆਰੀ ਕਰ ਰਿਹਾ ਹੈ। ਇਸ ਈਵੈਂਟ 'ਚ ਆਈਫੋਨ 16 ਸੀਰੀਜ਼ ਨੂੰ ਲਾਂਚ ਕੀਤਾ ਜਾਵੇਗਾ। ਲੋਕ ਇਸ ਲਾਂਚ ਈਵੈਂਟ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ। ਇਸ ਐਪਲ ਈਵੈਂਟ 'ਚ ਕੰਪਨੀ ਐਪਲ ਵਾਚ ਸੀਰੀਜ਼ 10, ਐਪਲ ਵਾਚ ਅਲਟਰਾ 3 ਅਤੇ ਐਪਲ ਵਾਚ SE ਮਾਡਲ ਵੀ ਲਾਂਚ ਕਰ ਸਕਦੀ ਹੈ। ਆਈਫੋਨ 16 ਸੀਰੀਜ਼ ਨੂੰ ਲੈ ਕੇ ਹੁਣ ਤੱਕ ਕਈ ਡਿਟੇਲ ਸਾਹਮਣੇ ਆ ਚੁੱਕੀਆਂ ਨੇ ਤਾਂ ਅਜਿਹੀ ਸਥਿਤੀ ਵਿੱਚ ਤੁਹਾਡੇ ਲਈ ਇਹ ਜਾਣਨਾ ਬਹੁਤ ਮਹੱਤਵਪੂਰਨ ਹੈ ਕਿ ਆਈਫੋਨ 16 ਆਈਫੋਨ 15 ਦੇ ਮੁਕਾਬਲੇ ਕਿੰਨਾ ਕੁ ਵੱਖ ਹੋਣ ਵਾਲਾ ਹੈ। ਡਿਜ਼ਾਈਨ ਅਤੇ ਡਿਸਪਲੇ 'ਚ ਕੀ ਫਰਕ ਹੋਵੇਗਾ ਇਹ ਵੀ ਤੁਹਾਨੂੰ ਦੱਸ ਦਿੰਦੇ ਹਾਂ। ਆਈਫੋਨ 15 ਦੀ ਤੁਲਨਾ 'ਚ ਆਈਫੋਨ 16 ਦੇ ਡਿਜ਼ਾਈਨ 'ਚ ਕਾਫੀ ਬਦਲਾਅ ਦੇਖਿਆ ਜਾ ਸਕਦਾ ਹੈ। ਕਈ ਰਿਪੋਰਟਾਂ ਦਾ ਦਾਅਵਾ ਕੀਤਾ ਜਾ ਰਿਹਾ ਹੈ ਕਿ ਆਈਫੋਨ 16 ਸੀਰੀਜ਼ 'ਚ ਨਵਾਂ ਵਰਟੀਕਲ ਕੈਮਰਾ ਸੈਟਅਪ ਪਾਇਆ ਜਾ ਸਕਦਾ ਹੈ। ਇਸ ਤੋਂ ਪਹਿਲਾਂ ਆਈਫੋਨ 15 'ਚ ਡਾਇਗਨਲ ਅਰੇਂਜਮੈਂਟ ਦੇਖਿਆ ਗਿਆ ਸੀਗਾ। ਪ੍ਰੋ ਅਤੇ ਪ੍ਰੋ ਮੈਕਸ ਮਾਡਲਾਂ ਦੇ ਵਿੱਚ ਕੀ ਅੰਤਰ ਹੋਵੇਗਾ ਉਹ ਵੀ ਤੁਹਾਨੂੰ ਦੱਸ ਦਿੰਦੇ ਹਾਂ। ਆਈਫੋਨ 16 ਪ੍ਰੋ ਅਤੇ ਆਈਫੋਨ 16 ਪ੍ਰੋ ਮੈਕਸ ਦੇ ਡਿਜ਼ਾਈਨ ਦੀ ਗੱਲ ਕਰੀਏ ਤਾਂ ਇਹ ਆਈਫੋਨ 15 ਪ੍ਰੋ ਅਤੇ ਆਈਫੋਨ 16 ਪ੍ਰੋ ਮੈਕਸ ਵਰਗਾ ਹੀ ਹੋ ਸਕਦਾ ਹੈ। ਹਾਲਾਂਕਿ ਡਿਸਪਲੇ ਵਿੱਚ ਥੋੜ੍ਹਾ ਬਦਲਾਅ ਦੇਖਿਆ ਜਾ ਸਕਦਾ ਹੈ। ਦੋਵੇਂ ਮਾਡਲ ਵਿੱਚ ਸਲਿਮ ਬੇਜ਼ਲ ਉਪਲਬਧ ਹਨ, ਨਾਲ ਹੀ ਸਲਿਕ ਡਿਜ਼ਾਈਨ ਵੀ ਉਪਲਬਧ ਹੋਣਗੇ। ਤਾਂ ਕੈਮਰਾ ਸੈਂਸਰ ਉੱਤੇ ਨਜ਼ਰ ਜਿਹੜੀ ਹੈ ਉਹ ਸਾਰਿਆਂ ਦੀ ਰਹੇਗੀ, ਕਿਉਂਕਿ ਆਈਫੋਨ ਨੂੰ ਇਸਦੇ ਕੈਮਰਾ ਕੁਆਲਿਟੀ ਦੇ ਵਜੋਂ ਹੀ ਜਾਣਿਆ ਜਾਂਦਾ ਹੈ। ਤਾਂ ਕੈਮਰੇ ਦੇ ਵਿੱਚ ਕੀ ਅੰਤਰ ਜਿਹੜੇ ਆਉਣ ਵਾਲੇ ਨੇ ਉਹ ਵੀ ਤੁਹਾਨੂੰ ਦੱਸ ਦਿੰਦੇ ਹਾਂ। ਆਈਫੋਨ 15 ਦੇ ਮੁਕਾਬਲੇ ਆਈਫੋਨ 16 ਵਿੱਚ ਬਹੁਤ ਸਾਰੇ ਅਪਗ੍ਰੇਡ ਦੇਖੇ ਜਾ ਸਕਦੇ ਹਨ। ਇਸ ਦੇ ਸਟੈਂਡਰਡ ਵੇਰੀਐਂਟ 'ਚ 48 ਮੈਗਾ ਪਿਕਸਲ ਅਤੇ ਅਲਟਰਾ ਵਾਈਡ ਐਂਗਲ ਲੈਂਸ ਹੋਵੇਗਾ। ਇਸ ਤੋਂ ਇਲਾਵਾ ਲਾਈਟ ਸੈਂਸਰ ਨੂੰ ਵੀ ਬਿਹਤਰ ਕੀਤਾ ਜਾਵੇਗਾ। ਆਈਫੋਨ 16 ਪ੍ਰੋ ਮਾਡਲ ਵਿੱਚ ਯੂਜ਼ਰਸ ਨੂੰ ਫੋਟੋਆਂ ਅਤੇ ਵੀਡੀਓ ਕੈਪਚਰ ਕਰਨ ਲਈ ਇੱਕ ਡੈਡੀਕੇਟਿਡ ਬਟਨ ਮਿਲ ਸਕਦਾ ਹੈ। ਦੋਵੇਂ ਮਾਡਲਾਂ ਵਿੱਚ ਉਪਭੋਗਤਾ ਟੈਟਰਾ ਪ੍ਰਿਸਮ 5X ਆਪਟੀਕਲ ਜ਼ੂਮ ਲੈਂਸ ਦੇਖ ਸਕਦੇ ਹਨ। ਪ੍ਰੋਸੈਸਰ ਅਤੇ ਚਿੱਪ 'ਚ ਕੀ ਬਦਲਾਅ ਹੋਣਗੇ ਉਹ ਵੀ ਤੁਹਾਨੂੰ ਦੱਸ ਦਿੰਦੇ ਹਾਂ। ਚਿੱਪਮੈਂਟ ਨੂੰ ਲੈ ਕੇ ਆਈਫੋਨ 15 ਅਤੇ ਆਈਫੋਨ 16 'ਚ ਵੱਡਾ ਬਦਲਾਅ ਹੋ ਸਕਦਾ ਹੈ। ਤਾਂ ਵੱਡਾ ਬਦਲਾਅ ਜਿਹੜਾ ਦੇਖਣ ਨੂੰ ਮਿਲਣ ਵਾਲਾ ਹੈ ਉਹ ਪ੍ਰੋਸੈਸਰ ਅਤੇ ਚਿੱਪ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲ ਸਕਦਾ ਹੈ। ਆਈਫੋਨ ਦੇ ਨਵੇਂ ਚਿੱਪਮੈਂਟ A18 ਚਿੱਪ ਨੂੰ ਆਈਫੋਨ 16 ਸੀਰੀਜ਼ 'ਚ ਵਰਤਿਆ ਜਾ ਸਕਦਾ ਹੈ। ਇਸ ਤੋਂ ਪਹਿਲਾਂ ਆਈਫੋਨ 15 'ਚ A16 ਚਿੱਪ ਦੀ ਵਰਤੋਂ ਕੀਤੀ ਜਾਂਦੀ ਸੀ। A18 ਚਿੱਪ ਕਈ ਤਰੀਕਿਆਂ ਨਾਲ ਵੱਖਰੀ ਹੋਵੇਗੀ। ਇਸ 'ਚ ਯੂਜ਼ਰ ਦਾ ਅਨੁਭਵ ਕਾਫੀ ਬਿਹਤਰ ਹੋਵੇਗਾ ਅਤੇ AI ਸਪੋਰਟ ਵੀ ਮਿਲੇਗਾ। ਖੈਰ, AI ਸਪੋਰਟ ਤਾਂ ਜਿਹੜੇ ਪਿਛਲੇ ਆਈਫੋਨਸ ਨੇ ਉਹਨਾਂ ਦੇ ਵਿੱਚ ਵੀ ਜਿਹੜਾ ਮਿਲਦਾ ਆ ਰਿਹਾ। ਤਾਂ ਆਈਫੋਨ 15 ਦੀ ਤੁਲਨਾ 'ਚ ਆਈਫੋਨ 16 ਦੀ ਬੈਟਰੀ ਅਤੇ ਚਾਰਜਰ 'ਚ ਵੀ ਬਦਲਾਅ ਦੇਖਣ ਨੂੰ ਮਿਲ ਸਕਦੇ ਨੇ। ਤਾਂ ਹੁਣ ਦੇਖਣਾ ਇਹ ਹੋਵੇਗਾ ਕਿ ਜਦੋਂ ਆਈਫੋਨ 16 ਲਾਂਚ ਹੁੰਦਾ ਤਾਂ ਕੀ ਇਹੀ ਜਿਹੜੇ ਫਰਕ ਨੇ ਉਹ ਨਜ਼ਰ ਆਉਣ ਵਾਲੇ ਨੇ। ਤਾਂ ਇਹੋ ਜਿਹੀਆਂ ਨਵੀਆਂ ਅਤੇ ਤਾਜ਼ੀਆਂ ਅਪਡੇਟਸ ਦੇ ਲਈ ਬਣੇ ਰਹੋ ਸਾਡੇ ਨਾਲ। ਤੁਹਾਡੇ ਨਾਲ ਮੈਂ ਕਰੁਣਾ ਸ਼ਰਮਾ।